ਸਿੱਖਾਂ ਦੀ ਔਰ ਬਹੁਤ ਹੀ ਨਜ਼ਾਰੇ ਤੋਂ ਗੱਲ ਬਣੀ ਗਈ। ਜਦੋਂ ਚਮਕਾਰਾ ਜਿਹੜਾ ਉਹ ਲੈ ਲਏ ਹਰ ਸਿੱਖ ਅਤੇ ਹਰ ਧਰਮ ਦੇ ਲੋਕਾਂ ਫਰਕ ਪੈ ਗਿਆ ਕਿ ਫਤਿਹ ਦਾ ਜਵਾਬ ਫਤਿਹ ਮੇਰਾ ਮੈਂ ਦੁਬਾਰਾ ਤੁਹਾਡੇ ਕੋਲ ਪ੍ਰਵਾਨਗੀ ਲੈਣੀ ਇਸ ਦੇਸ਼ ਨੂੰ ਕਰਦੀ ਇਸ ਕਰਕੇ ਚੰਗਾ ਪੂਰੀ ਤੱਥਾਂ ਦੇ ਆਧਾਰ 'ਤੇ ਬਹਿਸ ਹੋਵੇ ਕਿਉਂਕਿ ਇੱਕ ਤਾਂ ਪੱਖ ਸੀਗਾ ਕਿ ਇਨਵੈਸਟੀਗੇਸ਼ਨ ਕੀਤੀ ਆ ਜਿਹੜੀ ਬੇਅਦਬੀ ਹੋਈ ਆ ਉਹ ਜਵਾਹਰ ਸਿੰਘ ਵਾਲੇ ਤੋਂ ਸ਼ੁਰੂ ਹੋਈ ਉਹ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਬਾਦਲ ਕੈਪਟਨ ਅਮਰਿੰਦਰ ਸਰਕਾਰ ਉਹਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਇੱਕ ਡੇਰੇ ਵਿਸ਼ੇਸ਼ ਵੱਲ ਜਾਂਦੀ ਉੱਥੇ ਰੁਕ ਗਈ ਔਰ ਦੂਸਰਾ ਜਿਹੜਾ ਦੋ ਸਿੱਖ ਨੌਜਵਾਨ ਮਾਰੇ ਗਏ ਸੀਗੇ ਉਹ ਦੋ ਸਿੱਖ ਨੌਜਵਾਨਾਂ ਨੂੰ ਨਾ ਤਾਂ ਬਾਦਲਾਂ ਨੇ ਇਨਸਾਫ ਦਿੱਤਾ ਪੁਲਿਸ ਵਾਲੇ ਨੂੰ ਬਚਾਇਆ ਹੁਣ ਕੈਪਟਨ ਸਾਹਿਬ ਨੇ 16 ਮਹੀਨੇ ਹੋ ਗਏ ਨੇ ਡੇਢ ਮਹੀਨਾ ਰਿਪੋਰਟ ਆਈ ਮੁਹਾਲੀ ਨੂੰ ਉਸ ਵਿੱਚ ਰਿਪੋਰਟ 'ਚ ਮੈਨਸ਼ਨ ਕਰਤਾ ਪੁਲਿਸ ਵਾਲੇ ਬਾਈ ਨੇ ਅਸਲਾ ਉਹਨਾਂ ਕੋਲ ਕੀਤੀ ਆ ਪਰ ਅਮਰਿੰਦਰ ਸਿੰਘ ਨੇ ਜਾਂਚ ਸੀ ਬੀ ਆਈ ਨੂੰ ਦਿੱਤੀ ਔਰ ਜਦੋਂ ਨਸ਼ਿਆਂ ਦੀ ਜਾਂਚ ਕਾਂਗਰਸ ਮੰਗ ਕਰਦੀ ਸੀ ਕਿ ਸੀ ਬੀ ਆਈ ਨੂੰ ਹੋਣੀ ਚਾਹੀਦੀ ਆ ਤਾਂ ਕੈਪਟਨ ਸਾਹਿਬ ਨੇ ਆਣ ਕੇ ਕਿਹਾ ਕਿ ਨਹੀਂ ਸੀ ਬੀ ਆਈ ਜਿਹੜੀ ਆ ਉਹ ਠੰਡੇ ਬਸਤੇ 'ਚ ਪਾਉਣ ਵਾਲੀ ਗੱਲ ਹੋ ਜਾਂਦੀ ਇਹਦਾ ਮਤਲਬ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਬਹਿਬਲ ਕਲਾਂ ਗੋਲੀ ਕਾਂਡ ਦੇ ਬੱਚਿਆਂ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੇ ਉਹਨਾਂ ਨੂੰ ਇਨਸਾਫ ਦੇਣਾ ਨਹੀਂ ਚਾਹੁੰਦੇ ਇਹ ਤੱਥ ਨੇ ਇਸ ਲਈ ਅਸੀਂ ਵਿਧਾਨ ਸਭਾ ਦਾ ਸੈਸ਼ਨ ਮੰਗ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜਾ ਕੀਤਾ ਜਾ ਰਿਹਾ ਉਹਦਾ ਪੰਜਾਬ ਤੋਂ ਕੋਈ ਪੁੱਛਣਾ ਨਹੀਂ ਲੰਡਨ ਦੇ ਵਿੱਚ ਸਿਰਫ ਮੁੱਖੀ ਪਰ ਕੁੰਠਿਤ ਬੰਦੇ ਜਿਹੜੇ ਉੱਥੇ ਇਕੱਠੇ ਹੁੰਦੇ ਪੰਜਾਬ ਦਾ ਦੇਖੋ ਇਸ ਤੇ ਅਸੀਂ ਕੁਛ ਨਹੀਂ ਕਹਿਣਾ ਜੀ ਉਹ ਬਾਹਰਲੀ ਧਰਤੀ 'ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਲੇਕਿਨ ਸਾਡੀ ਪਾਰਟੀ ਦਾ ਇਹਦੇ ਨਾਲ ਕੋਈ ਸਰੋਕਾਰ ਇੱਕ ਪੰਜਾਬ ਸਰਕਾਰ ਕਬੱਡੀ ਦਾ ਪੁੱਛ ਕਰਵਾਉਣ ਲੱਗੀ ਹੈ ਤੁਹਾਨੂੰ ਬਾਦਲ ਉੱਤੇ ਮਾਰਦੇ ਸੀ ਉਹਨਾਂ ਦਾ ਵਿਰੋਧ ਕਰਦੇ ਸੀ ਦੇਖੋ ਗੱਲ ਇਹ ਆ ਕਿ ਕੈਪਟਨ ਸਾਹਿਬ ਹਰ ਉਸ ਨੀਤੀ ਨੂੰ ਅਪਣਾ ਰਹੇ ਨੇ ਜਿਹੜੀ ਬਾਦਲਾਂ ਨੇ ਲੀਹਾਂ ਪਾ ਕੇ ਕੀਤੀ ਸੀ ਚਾਹੇ ਉਹ ਭ੍ਰਿਸ਼ਟਾਚਾਰ ਚਾਹੇ ਉਹ ਮਾਫੀਆ ਚਾਹੇ ਉਹ ਬੇਇਨਸਾਫੀ ਚਾਹੇ ਉਹ ਪੁਲਿਸ ਦੀ ਹਿਫਾਜ਼ਤ ਕਰਨਾ ਅਤੇ ਕਬੱਡੀ ਰਹਿ ਗਿਆ ਸੀ ਉਹ ਵੀ ਕਰਾ ਕੇ ਦੇਖ ਲਈ ਅਤੇ ਫਿਰ ਕਬੱਡੀ ਕੱਪ 'ਚ ਬੁਲਾ ਹੀ ਉਹਨਾਂ ਨੂੰ ਲੈਣ ਮੁੱਖ ਮਹਿਮਾਨ ਰੀਸੈਂਟਲੀ ਬਿਆਨ ਆਇਆ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਮੈਂ ਪ੍ਰਧਾਨ ਨਹੀਂ ਬਣਨਾ ਆਪਣੀ ਚੀਮਾ ਸਾਹਿਬ ਦਾ ਬਿਆਨ ਆਇਆ ਮੈਂ ਆਪਣੀ ਗੱਡੀ ਛੱਡ ਦਿੱਤੀ ਤੁਹਾਨੂੰ ਲੱਗਦਾ ਕਿ ਬੈਕਫੁੱਟ 'ਤੇ ਆ ਗਈ ਉਸ ਤੋਂ ਨਹੀਂ ਪਾਉਂਦੀ ਦੇਖੋ ਹੁਣ ਕੀ ਰੀਜ਼ਨ ਹੁਣ ਸੀ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਲੋਕਤੰਤਰ ਵਿੱਚ ਨਾ ਲੋਕ ਵੱਡੇ ਜੋ ਬਠਿੰਡੇ ਦਾ ਇਕੱਠ ਜੋ ਅੱਜ ਗੜ ਸ਼ੰਕਰ 'ਚ ਇਕੱਠ ਇਹ ਕਿਤੇ ਨਾ ਕਿਤੇ ਲੋਕਾਂ ਦਾ ਪ੍ਰੈਸ਼ਰ ਕੰਮ ਕਰ ਰਿਹਾ ਮੇਰੀ ਇਹਨਾਂ ਨੂੰ ਨਹੀਂ ਕੁਛ ਕਹਿਣਾ ਚਾਹੁੰਦਾ ਮੇਰੀ ਦਿੱਲੀ ਵਾਲਿਆਂ ਨੂੰ ਅਪੀਲ ਹੈ ਕਿ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਜੋ ਬਠਿੰਡੇ ਵਿੱਚ ਹੋਏ ਨੇ
ਮਤੇ ਪਾਸ ਉਹਨਾਂ ਨੂੰ ਕਰਵਾ ਲਿਆ। ਪਰ ਅੱਜ ਤੁਹਾਡਾ ਵੀ ਇੱਥੇ ਵਿਰੋਧ ਕੀਤਾ ਗਿਆ ਕੁਛ ਸਰਕਾਰੀ ਕਰਤਾਵਾਂ ਨੂੰ। ਦੇਖੋ ਇੱਦਾਂ ਹੁੰਦਾ ਨਾ ਜੀ ਕਿ ਜਿਹਨੂੰ ਆਪਾਂ ਹੁਣੇ ਤੁਸੀਂ ਮੁੱਖੀ ਭਰ ਕੇ ਘੇਰਦੇ, ਇੱਕ ਪਾਸੇ 50,000 ਦਾ ਖਰਚ, ਇੱਕ ਪਾਸੇ ਆਮ ਆਦਮੀ ਪਾਰਟੀ ਪਿਛਲੇ 16 ਮਹੀਨਿਆਂ 'ਚ ਜਿਹਨਾਂ ਕੋਲ ਵਾਟ ਲੋਸ ਸੀ ਉਹ ਕਦੀ 500 ਬੰਦਾ ਵੀ ਨਹੀਂ ਕਰਦਾ। 1900 ਵੋਟਾਂ ਪਈਆਂ ਮੋਬਾਇਲ ਵਾਲੇ ਭਾਈ ਦਾ ਤਾਂ ਬੰਦੇ ਇੰਨੇ ਕੁ ਤਾਂ ਬੰਦੇ ਹੈਗੇ ਆ, 1800 ਦਾ 50 ਵਾ ਜਿਹੜਾ ਸਾਡਾ ਵਿਰੋਧ ਕਰ ਸਕਦਾ ਕੋਈ ਏਦਾਂ ਦੇ ਵਿਰੋਧ ਤੁਸੀਂ ਦਰਦ ਵਾਲੇ। ਫਿਲਹਾਲ ਅਸੀਂ ਸਾਰੇ ਪੰਜਾਬ ਦੇ 22 ਜ਼ਿਲ੍ਹਿਆਂ ਦਾ ਦੌਰਾ ਕਰਾਂਗੇ, ਆਪਣੇ ਢਾਂਚੇ ਨੂੰ ਲੋਕਾਂ ਦੀ ਪ੍ਰਵਾਨਗੀ ਲੈ ਕੇ ਐਕਸਪੈਂਡ ਕਰਾਂਗੇ ਅਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਡੱਟ ਕੇ ਪੈਰਾਂ ਨੂੰ ਡੱਟ ਕੇ ਦਲਿਤ ਕਾਰਡ ਖੇਡਿਆ ਜਾ ਰਿਹਾ। ਦੋ ਤੇ ਖਾਲੀ ਸਾਡੇ MLA ਸਾਹਿਬ ਨੇ ਕਲੀਅਰ ਕਰਤਾ ਨਾ ਕਿ ਜਿੱਤ ਜੀ ਦੀ ਲੀਡਰਸ਼ਿਪ ਨੂੰ ਦਲਿਤਾਂ ਦਾ ਇੰਨੀ ਚਿੰਤਾ ਸੀ ਅਤੇ ਉੱਥੇ ਜਨਰਲ ਕੈਟੇਗਰੀ ਕੋਲ ਆ, ਕਨਵੀਨਰ ਵੀ ਉਹ ਨੇ, ਮੁੱਖ ਮੰਤਰੀ ਵੀ ਉਹ ਨੇ ਅਤੇ ਡਿਪਟੀ ਚੀਫ ਮਿਨਿਸਟਰ ਵੀ ਜਨਰਲ ਕੈਟੇਗਰੀ ਕੋਲ, ਉਹਨਾਂ ਤਿੰਨਾਂ 'ਚੋਂ ਇੱਕ ਅਹੁਦਾ ਤਾਂ ਦੇਣ ਦਲਿਤਾਂ ਨੂੰ। ਪੰਜਾਬ ਦੇ ਪ੍ਰੈਜੀਡੈਂਟ ਦਾ ਅਹੁਦਾ ਖਾਲੀ ਪਿਆ ਸੀ, ਜੇ ਆਪਾਂ ਦਲਿਤਾਂ ਦਾ ਵਾਕਈ ਮਾਣ ਕਰਦੇ ਸੀ ਤਾਂ ਆਪਾਂ ਉੱਥੇ ਬਣਾਉਂਦੇ। 3 ਰਾਜ ਸਭਾ ਦੇ ਮੈਂਬਰ ਚੁਣੇ ਗਏ ਦਿੱਲੀ ਦੇ ਵਿੱਚ, ਆਪਾਂ ਤਿੰਨਾਂ 'ਚੋਂ ਇੱਕ ਨੂੰ ਹੀ ਬਣਾ ਦਿੰਦੇ। PSC ਦੇ ਵਿੱਚ ਕਿਸੇ ਦਲਿਤ ਨੂੰ 33% ਜਾਂ 50% ਜਿਹੜੀ ਪੋਲੀਟੀਕਲ ਅਫੇਅਰਸ ਕਮੇਟੀ ਦਿੱਲੀ ਦੀ ਆ ਉੱਥੇ ਰਿਪ੍ਰੈਜੈਂਟੇਸ਼ਨ ਦੇ ਦਿੰਦੇ। ਇਹ ਤਾਂ ਸਿਰਫ ਮੈਨੂੰ ਹਟਾਉਣ ਵਾਸਤੇ ਇੱਕ ਪੱਤਾ ਵਰਤਿਆ ਗਿਆ, ਔਰ ਮੈਂ ਇੱਕ ਵਾਰ ਨਹੀਂ ਕਈ ਵਾਰ ਕਹਿ ਚੁੱਕਾ ਇੱਦਾਂ ਦੇ 100 ਪੌਦੇ ਪੰਜਾਬ ਦੇ ਲੋਕਾਂ ਤੋਂ ਨਿਛਾਵ। ਮੈਂ ਕਹਿੰਦਾ ਜੀ ਕੋਈ ਉੜੀਸਾ 'ਚ ਵੀ ਕੋਈ ਗੱਲ ਹੋਵੇ, ਲੰਡਨ 'ਚ ਹੋਵੇ ਅਤੇ ਅਮਰੀਕਾ 'ਚ ਹੋਵੇ, ਉਹ ਹੀ ਖੈਰਾ ਹੀ ਕਰਾਉਂਦਾ। ਢਾਂਚਾ ਤਿਆਰ ਕੀਤਾ ਜਾ ਰਿਹਾ ਪਾਰਟੀ, ਲੇਕਿਨ ਉਹਨੂੰ ਕਿਤਨੇ ਬੰਦੇ ਡਰਾ ਕਰ ਰਹੇ ਕਹਿੰਦੇ ਹੋ ਜਾਂ ਤੁਸੀਂ ਉਹਨੂੰ ਆਵਾਜ਼ ਮੰਨੀ? ਜੀ ਅਸੀਂ ਢਾਂਚਾ ਭੰਗ ਕੀਤਾ ਵਾ, 50,000 ਪੰਜਾਬ ਦੇ ਆਮ ਆਦਮੀ ਵਲੰਟੀਅਰ ਦੀ ਮੌਜੂਦਗੀ ਵਿੱਚ ਉਹਨਾਂ ਦੀ ਪ੍ਰਵਾਨਗੀ ਲੈ ਕੇ ਅਸੀਂ ਆਪ ਨਹੀਂ ਕਰ ਰਹੇ, ਅਸੀਂ ਸਭ ਕੁਛ ਸੰਵਿਧਾਨ ਦੇ ਮੁਤਾਬਕ ਕਰ ਰਹੇ। ਭਗਵੰਤ ਮਾਨ ਕੱਲ੍ਹ ਕਹਿ ਰਹੇ ਸੀਗੇ ਕਿ ਸੰਵਿਧਾਨ ਦੇ ਵਿੱਚ ਪੋਲੀਟੀਕਲ ਅਫੇਅਰਸ ਕਮੇਟੀ ਹੈ ਨਹੀਂ ਸਟੇਟ 'ਚ, ਉਹਨਾਂ ਨੂੰ ਪੜ੍ਹ ਲਓ ਚੰਗੀ ਤਰ੍ਹਾਂ। ਹਰ ਸਟੇਟ ਵਿੱਚ ਪੋਲੀਟੀਕਲ ਅਫੇਅਰਸ ਕਮੇਟੀ ਔਰ ਸਟੇਟ ਐਗਜ਼ੈਕਟਿਵ ਜਿਹੜੇ ਆ ਦੋਨੋਂ ਹੈ ਨਹੀਂ ਸੀ ਆਮ ਆਦਮੀ ਪਾਰਟੀ ਪੰਜਾਬ, ਇੱਕ ਬੰਦਾ ਚਲਾਈ ਜਾਂਦਾ ਸਾਰਾ ਕੁਛ ਵਿਧਾਇਕ ਵੀ ਕੁਛ ਕਹਿੰਦੇ ਨੇ ਜੇ ਖਹਿਰਾ ਸਾਹਿਬ ਵੱਖ ਜਾਂਦੇ ਨੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ, ਅਸੀਂ ਕਦੋਂ ਕਿਹਾ ਵੱਖ ਜਾ ਰਹੇ? ਅਸੀਂ ਕਹਿੰਦੇ ਆ ਸਾਡੀ ਪਾਰਟੀ ਆ, ਨਹੀਂ ਅਗਰ ਤੁਹਾਡੇ ਖਿਲਾਫ ਉਹਨਾਂ ਨੇ ਬਣਾਈ ਲਿਆ ਅਸੀਂ ਪੰਜਾਬ ਦੀ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰਾਂਗੇ। ਤੁਹਾਨੂੰ ਕਹਿੰਦੇ ਕਹਿਤਾ ਖਿਲਾਫ ਨੇ, ਉਹਨਾਂ ਨੇ ਕਿਹਾ ਵੀ ਤੁਹਾਡੇ ਫੈਸਲਾ ਹੀ ਤੁਹਾਡੇ ਖਿਲਾਫ, ਤੁਹਾਨੂੰ ਖਿਲਾਫ ਤੇ ਬਾਹਰ ਕਰ ਦਿੱਤਾ ਸਾਡੇ ਵੱਲੋਂ, ਉਹ ਉਹਨਾਂ ਦੀ ਮਰਜ਼ੀ ਆ ਜੀ। ਤੁਹਾਡਾ ਬਿਆਨ ਆ ਹੁਣੇ ਤੁਸੀਂ ਅਨਾਊਂਸ ਕਰਕੇ ਹਟਦੇ ਤਾਂ ਅਸੀਂ ਮੈਂਬਰੀ ਇਕਵਾਲ ਲਈ ਵੀ ਤਿਆਰ ਹਾਂ ਕਿ ਅੱਜ ਪੰਜਾਬ ਦੇ ਵਾਸਤੇ ਸਭ ਕੁਝ ਕੁਰਬਾਨ ਕਰਨਾ। ਤੁਹਾਨੂੰ ਲੱਗਦਾ ਨਹੀਂ ਵੀ ਕੇਜਰੀਵਾਲ ਸਾਹਿਬ ਨੇ ਤੁਹਾਨੂੰ ਇੱਕ ਵਾਰੀ ਖੁਦ ਮੀਟਿੰਗ ਕਰ ਲੈਣੀ ਚਾਹੀਦੀ? ਫਿਰ ਉਹਨਾਂ ਨੂੰ ਪੁੱਛੋ ਨਾ ਮੈਨੂੰ ਕੀ ਪੁੱਛਦੇ ਜੀ, ਸਾਨੂੰ ਤਾਂ ਬੁਲਾਇਆ ਸੀ ਪੰਜਾਬ ਦੇ ਭਲੇ ਵਾਸਤੇ ਪਾਰਟੀ ਹੋ ਗਈ ਹੋਏਗਾ। ਤੁਹਾਨੂੰ ਮੈਂ ਦੱਸਦਾ ਰਿਹਾ ਜੀ, ਤੁਸੀਂ ਥੋੜ੍ਹਾ ਜਿਹਾ ਸਬਰ ਰੱਖੋ ਸਾਰੇ ਸਰਕਾਰ ਯੋਗ ਮੇਰੇ ਵੀਰੋ ਭਰਾਓ ਭੈਣੋ। ਅਸੀਂ ਪਹਿਲਾਂ ਇੱਕ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਹਾਂ, ਅਸੀਂ ਬਠਿੰਡੇ ਤੋਂ ਸ਼ੁਰੂ ਹੋ ਕੇ 6 ਮਤੇ ਉਹਨਾਂ ਦੀ ਪ੍ਰਵਾਨਗੀ ਰੈਟੀਫਿਕੇਸ਼ਨ ਸਾਰੇ 22 ਜ਼ਿਲ੍ਹਿਆਂ 'ਚ ਹੋਊਗੀ, ਫਿਰ ਅਸੈਂਬਲੀਆਂ 'ਚ ਹੋਊਗੀ, ਫਿਰ ਢਾਂਚਾ ਬਣਨਾ ਸ਼ੁਰੂ ਹੋ ਜੂਗਾ, ਅਸੀਂ ਸਟੇਟ ਐਗਜ਼ੈਕਟਿਵ ਬਣਾਵਾਂਗੇ। ਤੁਹਾਨੂੰ ਮੈਂ ਕਹਿ ਰਿਹਾ ਵਾਂ ਕਿ ਕੋ ਪ੍ਰੈਜ਼ੀਡੈਂਟ ਦੀ ਪੋਸਟ ਹੀ ਹੈ ਨਹੀਂ, ਪੰਜਾਬ ਆਮ ਆਦਮੀ ਪਾਰਟੀ ਦਾ ਕੋਨਸਟੀਟਿਊਸ਼ਨ ਪੜ੍ਹ ਲਓ, ਕੋ ਪ੍ਰੈਜ਼ੀਡੈਂਟ ਦੀ ਪੋਸਟ ਹੀ ਹੈ ਨਹੀਂ। ਸੋ ਅਸੀਂ ਕੋਨਸਟੀਟਿਊਸ਼ਨ ਦੇ ਮੁਤਾਬਕ ਕਾਨੂੰਨੀ ਤੌਰ 'ਤੇ ਔਰ ਸਹੀ ਢੰਗ ਦੇ ਨਾਲ ਚੱਲ ਰਹੇ ਹਾਂ। ਹੁਣ ਥੋੜ੍ਹਾ
ਜਿੱਦਾਂ 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 ਲੋਕ ਸਾਨੂੰ ਤੋਰੀ ਜਾਣਗੇ, ਜਿੱਧਰ ਜਿੱਧਰ ਲੋਕ ਸਾਨੂੰ ਲਈ ਜਾਣਗੇ ਅਸੀਂ ਚੱਲਦੇ ਜਾਵਾਂਗੇ। ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨਾ ਜੀ, ਇਹ ਸਿੰਬਲ 'ਤੇ ਨਹੀਂ ਲੜਦਾ ਕੋਈ, ਇਹ ਮੇਰੀ ਸਭ ਨੂੰ ਅਪੀਲ ਹੈ ਜਿਹੜੇ ਪੋਪੂਲਰ ਲੋਕ ਨੇ ਆਪਣੇ ਪਿੰਡਾਂ 'ਚ ਸਰਪੰਚੀ ਹਨ, ਹਾਂ ਬਲੋਕ ਸਮਿਤੀ ਜ਼ਿਲ੍ਹਾ ਪਰਿਸ਼ਦ ਫੈਸਲਾ ਲੈ ਲਾਂਗੇ। ਸਰ ਝੂਠ ਬੇਬੁਨਿਆਦ ਤੱਥਾਂ ਤੋਂ ਕੋਹਾਂ ਦੂਰ ਇੱਦਾਂ ਦੇ, ਤਾਂ ਮੇਰੇ 'ਤੇ ਮੈਨੂੰ ਕੋਈ ਕਹੀ ਜਾਂਦਾ 500 ਕਰੋੜ ਲੈ ਲਿਆ ਬੀਜੇਪੀ ਤੋਂ, ਕੋਈ ਕਹਿੰਦਾ ਇਹ ਕਾਂਗਰਸ ਦਾ ਏਜੰਟ ਹੈ, ਕੋਈ ਕਹਿੰਦਾ ਜੀ ਫਲਾਨੇ ਦਾ ਏਜੰਟ ਹੈ, ਪਹਿਲਾਂ ਫੈਸਲਾ ਕਰੋ ਵੀ ਏਜੰਟ ਕਿਹਦਾ ਵਾ, ਐਬਸੋਲੂਟਲੀ ਜ਼ੀਰੋ। ਉਹਨਾਂ ਨੇ ਇੱਥੇ ਕਿਹਾ ਕਿ ਬਾਦਲ ਪਰਿਵਾਰ ਨੇ ਚਿੱਟਾ ਪੋਸਟ ਬੰਦ ਕਰਾ ਕੇ ਚਿੱਟੇ ਨੂੰ ਜਿਹੜਾ ਨਹੀਂ ਨਹੀਂ ਉਹਨਾਂ ਦਲੀਲ ਇਹ ਸੀਗੀ ਕਿ ਜਿਹੜੇ ਜਿਹੜੇ ਔਰਗੈਨਿਕ ਨਸ਼ੇ ਸੀ ਨਾ ਪੰਜਾਬ 'ਚ, ਜਿੱਦਾਂ ਡਾਕਟਰ ਗਾਂਧੀ ਕਹਿੰਦੇ ਨੇ, ਉਹ ਜਾਨਲੇਵਾ ਨਹੀਂ ਸੀਗੇ। ਗਰੀਬ ਆਦਮੀ ਮਾੜਾ ਮੋਟਾ ਕੋਈ ਆਪਣਾ ਦੰਦ ਪਾਉਂਦਾ ਸੀਗਾ, ਜਿਹੜੇ ਚਿੱਟਾ ਸਿੰਥੈਟਿਕ ਨਸ਼ੇ ਕੈਮੀਕਲਸ ਇਹਨਾਂ ਨੇ ਜਵਾਨੀ ਤਬਾਹ ਕੀਤੀ, ਉਹਨੇ ਸੁਣਨਾ ਕੀਤਾ ਸਰ।